ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦਾ ਜੀ ਅੱਜ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਦੀ ਵੀਡੀਓ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਮਰਨਾ ਸੱਚ ਅਤੇ ਜਿਉਣਾ ਝੂਠ। ਇਹ ਬਚਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਹੇ ਸਨ, ਜਾਂ ਇਹ ਜਿਹੜੇ ਸ਼ਬਦ ਨੇ ਮਰਨਾ ਸੱਚ ਜਾਂ ਜਿਉਣਾ ਝੂਠ, ਇਹ ਜਿਹੜੀ ਅਸੀਂ ਗੱਲ ਆਮ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਵਰਤਦੇ ਹਾਂ ਅਤੇ ਕਈ ਵਾਰੀ ਸੁਣਨੇ ਵੀ ਹਾਂ, ਇਹ ਸ਼ਬਦ ਜਿਹੜੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨ ਦੇ ਨਾਲ ਜੁੜੀ ਇੱਕ ਘਟਨਾ ਨਾਲ ਜਾ ਕੇ ਜੁੜਦੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਿਆਲਕੋਟ ਦੀ ਧਰਤੀ 'ਤੇ ਗਏ, ਨਾਲ ਭਾਈ ਮਰਦਾਨਾ ਜੀ ਵੀ ਸਨ, ਅਤੇ ਸਿਆਲਕੋਟ ਦੇ ਨੇੜੇ ਹੀ ਇੱਕ ਕਬਰਸਤਾਨ ਸੀ ਅਤੇ ਕਬਰਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਬੇਰੀ ਦਾ ਰੁੱਖ ਸੀ ਅਤੇ ਸ਼ਹਿਰ ਜਿਹੜਾ ਉਹ ਥੋੜ੍ਹਾ ਜਿਹਾ ਇੱਥੋਂ ਕੁਝ ਮੀਲ ਦੀ ਦੂਰੀ 'ਤੇ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਉਸ ਬੇਰੀ ਦੇ ਥੱਲੇ ਜਾ ਕੇ ਬਹਿ ਗਏ ਅਤੇ ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਬਾਬ ਦੇ ਉੱਤੇ ਇੱਕ ਸ਼ਬਦ ਵੀ ਗਾਇਨ ਕੀਤਾ ਅਤੇ ਫਿਰ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਮਰਦਾਨਾ ਜੀ, ਉਹ ਸਾਹਮਣੇ ਵੇਖੋ, ਇੱਕ ਬਹੁਤ ਉੱਚਾ ਗੁੰਬਦ ਨਜ਼ਰ ਆ ਰਿਹਾ ਹੋਏਗਾ। ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਮੈਨੂੰ ਇੱਕ ਬੜਾ ਉੱਚਾ ਗੁੰਬਦ ਨਜ਼ਰ ਆ ਰਿਹਾ। ਅਤੇ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ, ਮਰਦਾਨਿਆਂ, ਉਸ ਗੁੰਬਦ ਦੇ ਵਿੱਚ ਜਾਂ ਉਹ ਜਿਹੜੀ ਇਮਾਰਤ ਹੈ ਜਿਹਦਾ ਉੱਚਾ ਗੁੰਬਦ ਹੈ, ਇਹਦੇ ਵਿੱਚ ਇੱਕ ਫਕੀਰ ਜਿਹੜਾ ਉਹ ਚਲੀਹਾ ਕੱਟ ਰਿਹਾ ਹੈ ਅਤੇ ਤੂੰ ਜਾ, ਉਹਦੇ ਬਹੁਤ ਸਾਰੇ ਮਰੀਦ ਬਾਹਰ ਬੈਠੇ ਹੋਣਗੇ ਅਤੇ ਉਹਨਾਂ ਨੂੰ ਜਾ ਕੇ ਗੱਲ ਕਹਿ ਦੇ ਕਿ ਅੱਜ ਦੁਪਹਿਰ ਤੱਕ ਤੁਹਾਡੇ ਫਕੀਰ ਦਾ ਜਿਹੜਾ ਚਲੀਹਾ ਹੈ ਨਾ, ਜਿਹੜਾ ਉਹ 40 ਦਿਨਾਂ ਲਈ ਬੈਠਾ ਹੋਇਆ ਅਤੇ ਉਹਨੂੰ ਕੁਝ ਦਿਨ ਹੀ ਹਾਲੇ ਹੋਏ ਨੇ ਬੈਠੇ ਨੂੰ, ਉਹ ਅੱਜ ਦੁਪਹਿਰ ਤੱਕ ਉਹ ਟੁੱਟ ਜਾਏਗਾ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਸਾਹਿਬ ਦਾ ਬਚਨ ਮੰਨ ਕੇ ਉਸ ਜਿਹੜੀ ਬਿਲਡਿੰਗ ਸੀ ਜਿਹਦਾ ਉੱਚਾ ਗੁੰਬਦ ਸੀ ਉੱਥੇ ਪਹੁੰਚੇ ਅਤੇ ਜਾ ਕੇ ਮਰੀਦਾਂ ਨੂੰ ਦੱਸਿਆ ਵੀ ਜਿਹੜਾ ਤੁਹਾਡਾ ਫਕੀਰ ਆ ਚਲੀਹਾ ਕੱਟ ਰਿਹਾ, ਅੱਜ ਦੁਪਹਿਰ ਤੱਕ ਇਹਦਾ ਚਲੀਹਾ ਟੁੱਟ ਜਾਏਗਾ। ਉਹ ਮਰੀਦ ਸੁਣ ਕੇ ਬੜੇ ਹੈਰਾਨ ਹੋਏ ਵੀ ਇਹ ਕੌਣ ਆ ਗਿਆ ਨਵਾਂ ਜਿਹੜਾ ਐਡੀ ਵੱਡੀ ਗੱਲ ਆ ਕੇ ਕਹਿ ਰਿਹਾ, ਅਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ, ਅਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਰੇ ਵੀ ਦੱਸਿਆ। ਪਰ ਉਹਨਾਂ ਮਰੀਦਾਂ ਦੀ ਹਿੰਮਤ ਨਾ ਪਈ, ਉਹ ਕਹਿਣ ਲੱਗੇ ਵੀ ਸਾਨੂੰ ਬੜਾ ਡਰ ਆਉਂਦਾ ਹੈ ਆਪਣੇ ਮੁਰਸ਼ਦ ਤੋਂ, ਉਹਦਾ ਪਤਾ ਨਹੀਂ ਜ਼ੁਬਾਨ 'ਚੋਂ ਕਿਹੜਾ ਬਚਨ ਕੱਢਦੇ ਔਰ ਅਸੀਂ ਇਹ ਗੱਲ ਅੰਦਰ ਜਾ ਕੇ ਨਹੀਂ ਕਹਿ ਸਕਦੇ। ਭਾਈ ਮਰਦਾਨਾ ਜੀ ਵਾਪਸ ਆ ਗਏ ਔਰ ਕੁਝ ਟਾਈਮ ਬਾਅਦ ਹੀ ਦੁਪਹਿਰ ਤੱਕ ਜਿਹੜਾ ਅੰਦਰ ਫਕੀਰ ਹਮਜ਼ਾ ਗੋਸ਼ ਬੈਠਾ ਚਲੀਹਾ ਕੱਟ ਰਿਹਾ ਸੀ, ਮੈਂ ਪੂਰੇ ਸਿਆਲਕੋਟ ਨੂੰ ਆਪਣੀ ਸ਼ਕਤੀ ਦੇ ਨਾਲ ਖਤਮ ਕਰ ਦਿਆਂਗਾ, ਢਹਿ ਢੇਰੀ ਕਰ ਦਿਆਂਗਾ, ਉਹਦੇ ਅੰਦਰ ਇਸ ਤਰ੍ਹਾਂ ਦੀ ਘਬਰਾਹਟ ਪੈਦਾ ਹੋਈ ਜਾਂ ਕੁਛ ਇਸ ਤਰ੍ਹਾਂ ਦੀ ਆਵਾਜ਼ ਉਹਦੇ ਕੰਨਾਂ 'ਚ ਸੁਣਾਈ ਦਿੱਤੀ, ਉਹ ਆਪਣਾ ਚਲੀਹਾ ਵਿੱਚ ਹੀ ਛੱਡ ਕੇ ਅਤੇ ਉਸ ਬਿਲਡਿੰਗ ਦੇ ਵਿੱਚੋਂ ਇਮਾਰਤ ਵਿੱਚੋਂ ਬਾਹਰ ਆ ਗਿਆ। ਅਤੇ ਉਹਦੇ ਮਰੀਦਾਂ ਨੇ ਵੀ ਕਿਹਾ ਉਸ ਫਕੀਰ ਨੂੰ, ਹਮਜ਼ਾ ਗੋਸ਼ ਨੂੰ, ਵੀ ਤੁਸੀਂ ਆਪਣਾ ਚਲੀਹਾ ਵਿੱਚ ਹੀ ਛੱਡ ਦਿੱਤਾ ਹੈ ਔਰ ਇੱਥੇ ਇੱਕ ਨੇੜੇ ਫਕੀਰ ਜਿਹਦਾ ਨਾਮ ਨਾਨਕ ਹੈ ਉਹਦਾ ਮੁਰੀਦ ਵੀ ਆਇਆ ਸੀ ਅਤੇ ਉਹਨੇ ਵੀ ਇਹ ਗੱਲ ਕਹੀ ਸੀ ਵੀ ਤੁਹਾਡਾ ਚਲੀਹਾ ਦੁਪਹਿਰ ਤੱਕ ਟੁੱਟ ਜਾਏਗਾ। ਹਮਜ਼ਾ ਗੋਸ਼ ਕਹਿਣ ਲੱਗਾ ਵੀ ਉਹ ਕਿਹੜਾ ਐਡਾ ਵੱਡਾ ਫਕੀਰ ਆ ਗਿਆ ਜਿਹਦੇ ਕਰਕੇ ਮੇਰੇ ਅੰਦਰ ਵੀ ਬੇਚੈਨੀ ਪੈਦਾ ਹੋਈ ਔਰ ਮੈਨੂੰ ਬਾਹਰ ਉੱਠ ਕੇ ਆਉਣਾ ਪੈ ਗਿਆ, ਚਲੋ ਆਓ ਸਾਰੇ ਚੱਲ ਕੇ ਉਹਦੇ ਨਾਲ ਮਿਲਦੇ ਹਾਂ, ਗੱਲਬਾਤ ਕਰਦੇ ਹਾਂ। ਹਮਜ਼ਾ ਗੋਸ਼ ਆਪਣੇ ਮਰੀਦਾਂ ਨੂੰ ਨਾਲ ਲੈ ਕੇ ਉਸ ਜਗ੍ਹਾ 'ਤੇ ਆਏ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਬੈਠੇ ਹੋਏ ਸਨ। ਆ ਕੇ ਜਦੋਂ ਦਰਸ਼ਨ ਕੀਤੇ ਬਹਿ ਗਏ ਅਤੇ ਗੁਰੂ ਨਾਨਕ ਦੇਵ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਹਮਜ਼ਾ ਗੋਸ਼ ਨੂੰ ਕਿ ਫਕੀਰ ਜੀ, ਇੰਨੇ ਗੁੱਸੇ ਵਿੱਚ ਕਿਉਂ ਹੋ,
ਅਤੇ ਪੂਰੇ ਨਗਰ ਨੂੰ ਹੀ ਤੁਸੀਂ ਕਿਉਂ ਖਤਮ ਕਰਨਾ ਚਾਹੁੰਦੇ ਹੋ? ਹਮਜ਼ਾ ਗੋਸ਼ ਕਹਿਣ ਲੱਗਾ ਜੀ ਸਾਰਾ ਨਗਰ ਹੀ ਪਾਪੀਆਂ ਦਾ, ਇਸ ਨਗਰ ਵਿੱਚ ਸਾਰੇ ਲੋਕ ਹੀ ਜਿਹੜੇ ਨੇ ਉਹ ਬੜੇ ਪਾਪੀ ਨੇ, ਝੂਠੇ ਨੇ, ਇਸ ਕਰਕੇ ਮੈਂ ਪੂਰੇ ਦਾ ਪੂਰਾ ਨਗਰ ਹੀ ਖਤਮ ਕਰ ਦਿਆਂਗਾ। ਅਤੇ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਵੀ ਉਹ ਕਿਹੜੀ ਗੱਲ ਹੋ ਗਈ ਜਿਹਦੇ ਕਰਕੇ ਤੁਹਾਨੂੰ ਇੰਨਾ ਗੁੱਸਾ ਆ ਗਿਆ ਪੂਰੇ ਸਿਆਲਕੋਟ 'ਤੇ? ਅਤੇ ਹਮਜ਼ਾ ਗੋਸ਼ ਕਹਿਣ ਲੱਗੇ ਵੀ ਇਸ ਸਿਆਲਕੋਟ 'ਚ ਇੱਕ ਘਰ ਹੈ, ਉਹਨਾਂ ਘਰ ਵਿੱਚ ਔਲਾਦ ਨਹੀਂ ਸੀ, ਉਹਨਾਂ ਨੇ ਕਿਹਾ ਸੀ ਵੀ ਜੋ ਸਾਡੇ ਘਰ ਵਿੱਚ ਔਲਾਦ ਹੋਏਗੀ ਪਹਿਲਾ ਬੱਚਾ ਅਸੀਂ ਤੁਹਾਨੂੰ ਭੇਟ ਕਰ ਦਿਆਂਗੇ। ਅਤੇ ਅੱਜ ਉਹਨਾਂ ਦੇ ਘਰ 3 ਬੱਚੇ ਹੋ ਗਏ ਨੇ। ਉਹ ਸ਼ਖਸ ਦਾ ਨਾਮ ਹੈ ਗੀਗਾ, ਉਹਦੇ ਘਰ 3 ਬੱਚੇ ਹੋ ਗਏ ਨੇ, ਪਰ ਉਹ ਆਪਣੀ ਜ਼ਬਾਨ ਤੋਂ ਮੁੱਕਰ ਗਿਆ, ਉਹਨੇ ਆਪਣਾ ਪਹਿਲਾ ਬੱਚਾ ਮੈਨੂੰ ਨਹੀਂ ਦਿੱਤਾ, ਮੈਂ ਕਈ ਵਾਰੀ ਗਿਆ ਉਹਨੇ ਮਨ੍ਹਾ ਕਰ ਦਿੱਤਾ, ਇਸ ਕਰਕੇ ਮੈਨੂੰ ਗੁੱਸਾ ਆ ਗਿਆ, ਮੈਂ ਪੂਰੇ ਦੇ ਪੂਰੇ ਸ਼ਹਿਰ ਨੂੰ ਖਤਮ ਕਰ ਦਿਆਂਗਾ। ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੁੰਦਾ, ਪੂਰਾ ਸ਼ਹਿਰ ਕਦੇ ਮਾੜਾ ਨਹੀਂ ਹੋ ਸਕਦਾ, ਚੰਗੇ ਮਾੜੇ ਲੋਕ ਹੁੰਦੇ ਨੇ, ਪ੍ਰਤੀਸ਼ਤ ਤਾਂ ਫਰਕ ਹੁੰਦਾ, ਕੁਝ ਚੰਗੇ ਹੁੰਦੇ ਨੇ, ਕੁਝ ਮਾੜੇ ਹੁੰਦੇ ਨੇ। ਹਮਜ਼ਾ ਗੋਸ਼ ਕਹਿਣ ਲੱਗਾ ਇਹ ਗੱਲ ਮੈਂ ਕਿਵੇਂ ਮੰਨਾਂ? ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਹੁਣੇ ਅਸੀਂ ਤੁਹਾਨੂੰ ਪ੍ਰਤੱਖ ਕਰਕੇ ਵਿਖਾ ਦਿੰਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ, 2 ਪੈਸੇ ਦਿੱਤੇ, ਕਹਿਣ ਲੱਗੇ ਜਾਓ ਸਿਆਲਕੋਟ ਦੇ ਬਾਜ਼ਾਰ ਵਿੱਚੋਂ 1 ਪੈਸੇ ਦਾ ਸੱਚ ਔਰ 1 ਦਾ ਝੂਠ ਖਰੀਦ ਕੇ ਲਿਆਓ। ਭਾਈ ਮਰਦਾਨਾ ਜੀ ਉੱਥੋਂ ਤੁਰੇ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਬੈਠੇ ਹੋਏ ਸਨ, ਹਮਜ਼ਾ ਗੋਸ਼ ਫਕੀਰ ਔਰ ਬਹੁਤ ਸਾਰੇ ਮੁਰੀਦ ਔਰ ਬਹੁਤ ਸਾਰੇ ਨਗਰ ਦੇ ਲੋਕ ਵੀ ਉੱਥੇ ਆ ਗਏ ਸਨ। ਭਾਈ ਮਰਦਾਨਾ ਜੀ ਉੱਥੋਂ ਚੱਲ ਕੇ ਪਹੁੰਚਦੇ ਨੇ ਸਿਆਲਕੋਟ ਦੇ ਬਾਜ਼ਾਰ ਵਿੱਚ, ਇੱਕ ਦੁਕਾਨ 'ਤੇ ਜਾਂਦੇ ਨੇ, ਕਹਿੰਦੇ ਨੇ 1 ਪੈਸੇ ਦਾ ਸੱਚ ਲੈਣਾ, 1 ਦਾ ਝੂਠ ਲੈਣਾ। ਦੁਕਾਨਦਾਰ ਹੱਸਣ ਲੱਗ ਪੈਂਦਾ ਵੀ ਇਹ ਕਮਾਲ ਦਾ ਗ੍ਰਾਹਕ ਆ ਗਿਆ, ਵੀ ਕਦੇ ਇਸ ਤਰ੍ਹਾਂ ਦਾ ਵੀ ਸੌਦਾ ਬਾਜ਼ਾਰ ਵਿੱਚ ਵਿਕਿਆ? ਕਹਿੰਦੇ ਨਹੀਂ, ਇਸ ਤਰ੍ਹਾਂ ਦਾ ਸੌਦਾ ਸਾਡੇ ਕੋਲ ਨਹੀਂ। ਦੂਜੀ ਦੁਕਾਨ 'ਤੇ ਗਿਆ, ਤੀਜੀ 'ਤੇ ਗਿਆ, ਵੀ 1 ਪੈਸੇ ਦਾ ਸੱਚ 1 ਦਾ ਝੂਠ, ਪਰ ਕਿਤੋਂ ਵੀ ਇਹ ਸੌਦਾ ਨਾ ਮਿਲਿਆ। ਅਖੀਰ ਉਹ ਪਹੁੰਚੇ ਭਾਈ ਮੁੱਲਾ ਜੀ ਦੀ ਦੁਕਾਨ ਉੱਤੇ ਔਰ ਜਾ ਕੇ ਕਿਹਾ ਵੀ 1 ਪੈਸੇ ਦਾ ਸੱਚ ਚਾਹੀਦਾ, 1 ਦਾ ਝੂਠ ਚਾਹੀਦਾ। ਭਾਈ ਮੁੱਲਾ ਜੀ ਨੇ ਇੱਕ ਕਾਗਜ਼ ਦਾ ਟੁਕੜਾ ਲਿਆ, ਕਲਮ ਲਈ ਔਰ ਲਿਖ ਦਿੱਤਾ ਕਾਗਜ਼ ਦੇ 1 ਟੁਕੜੇ ਉੱਤੇ ਕਿ ਮਰਨਾ ਸੱਚ ਹੈ, ਔਰ ਦੂਜੇ ਟੁਕੜੇ 'ਤੇ ਲਿਖਤਾ ਕਿ ਜਿਉਣਾ ਝੂਠ ਹੈ। ਇਹ 2 ਪੈਸਿਆਂ ਦੇ ਬਦਲੇ ਇਹ 2 ਸੌਦੇ, ਮਰਨਾ ਸੱਚ ਅਤੇ ਜਿਉਣਾ ਝੂਠ, ਭਾਈ ਮਰਦਾਨਾ ਜੀ ਨੂੰ ਪਕੜਾ ਦਿੱਤੇ। ਭਾਈ ਮਰਦਾਨਾ ਜੀ ਨੇ ਉਹ ਦੋਵੇਂ ਟੁਕੜੇ ਕਾਗਜ਼ ਦੇ ਲਏ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਆ ਗਏ ਔਰ ਉਹ ਦੋਵੇਂ ਟੁਕੜੇ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੇ। ਗੁਰੂ ਨਾਨਕ ਦੇਵ ਸਾਹਿਬ ਨੇ ਉਹ ਦੋਵੇਂ ਟੁਕੜੇ ਹੱਥਾਂ 'ਚ ਪਕੜੇ ਅਤੇ ਪੜ੍ਹੇ। 1 'ਤੇ ਲਿਖਿਆ ਸੀ ਮਰਨਾ ਸੱਚ ਹੈ ਅਤੇ ਦੂਜੇ 'ਤੇ ਲਿਖਿਆ ਸੀ ਜਿਉਣਾ ਝੂਠ ਹੈ, ਔਰ ਉਹ ਦੋਵੇਂ ਟੁਕੜੇ ਹਮਜ਼ਾ ਗੋਸ਼ ਫਕੀਰ ਦੇ ਅੱਗੇ ਰੱਖ ਦਿੱਤੇ ਗੁਰੂ ਨਾਨਕ ਦੇਵ ਸਾਹਿਬ ਨੇ। ਕਹਿਣ ਲੱਗੇ ਫਕੀਰ ਜੀ ਆਹ ਵੇਖੋ, 1 ਦੁਕਾਨਦਾਰ ਨੇ ਲਿਖ ਕੇ ਭੇਜਿਆ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਇਸ ਤਰ੍ਹਾਂ ਦੇ ਲੋਕ ਇਸ ਸ਼ਹਿਰ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਮੌਤ ਯਾਦ ਹੈ ਔਰ ਜਿਹੜੇ ਜ਼ਿੰਦਗੀ ਨੂੰ ਝੂਠ ਸਮਝਦੇ ਨੇ। ਤੁਸੀਂ ਕਹਿ ਰਹੇ ਸੀ ਨੇ ਕਿ ਸਾਰਾ ਨਗਰ ਹੀ ਪਾਪੀਆਂ ਦਾ, ਝੂਠਿਆਂ ਦਾ, ਔਰ ਜਿਹੜੇ ਇਹ ਸਾਰੇ ਲੋਕ ਨੇ ਇਹ ਰੱਬ ਨੂੰ ਭੁੱਲ ਚੁੱਕੇ ਨੇ, ਪਰ ਨਹੀਂ ਹਮਜ਼ਾ ਗੋਸ਼ ਜੀ, ਇਸ ਨਗਰ ਵਿੱਚ ਭਾਈ ਮੁੱਲਾ ਜੀ ਵਰਗੇ ਵੀ ਲੋਕ ਨੇ ਜਿਹੜੇ ਮੌਤ ਨੂੰ ਸੱਚ ਕਰਕੇ ਜਾਣਦੇ ਨੇ ਔਰ ਜ਼ਿੰਦਗੀ ਨੂੰ ਝੂਠ ਕਰਕੇ ਜਾਣਦੇ ਨੇ। ਇਸ ਕਰਕੇ ਪੂਰੇ ਨਗਰ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਜਿੱਥੇ ਲੋਕਾਂ ਨੂੰ ਮੌਤ ਯਾਦ ਹੈ ਉੱਥੇ ਰੱਬ ਵੀ ਯਾਦ ਹੋਏਗਾ, ਔਰ ਜਿੱਥੇ ਰੱਬ ਯਾਦ ਹੋਏਗਾ ਉਹ ਫਿਰ ਉਹ ਲੋਕ ਕਦੇ ਮਾੜੇ ਨਹੀਂ ਹੋ ਸਕਦੇ। ਹਮਜ਼ਾ ਗੋਸ਼ ਨੇ ਹੱਥ ਜੋੜ ਕੇ ਗੁਰੂ ਨਾਨਕ ਦੇਵ ਸਾਹਿਬ ਅੱਗੇ ਸਿਰ ਚੁਕਾਇਆ ਕਿ ਸੱਚੇ ਪਾਤਸ਼ਾਹ, ਇਹ ਤੁਹਾਡੀ ਗੱਲ ਸੱਚ ਹੈ। ਮੈਂ ਸੋਚਦਾ ਸੀ ਕਿ ਪੂਰਾ ਨਗਰ ਹੀ ਮਾੜਾ ਹੋ ਗਿਆ, ਪਰ ਨਹੀਂ ਨਹੀਂ, ਇੱਥੇ ਉਹ ਵੀ ਲੋਕ ਨੇ ਜਿਹੜੇ ਲਿਖ ਕੇ ਦੇ ਰਹੇ ਨੇ ਕਾਗਜ਼ 'ਤੇ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ, ਚੰਗੇ ਲੋਕ ਵੀ ਨੇ। ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਤਰ੍ਹਾਂ ਹਮਜ਼ਾ ਗੋਸ਼ ਨੂੰ ਸਿਆਲਕੋਟ ਦੀ ਧਰਤੀ 'ਤੇ ਸਿੱਧੇ ਰਾਹ ਪਾਇਆ, ਔਰ ਇੱਥੇ ਫਿਰ ਇਸ
ਇਹਨਾਂ ਪੰਕਤੀਆਂ 'ਤੇ ਹੀ ਵਿਚਾਰ ਹੋਈ ਸੀ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਸੋ ਇਹ ਗੱਲ ਸਾਨੂੰ ਵੀ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਔਰ ਸਾਨੂੰ ਵੀ ਕਦੇ ਇਸ 'ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਸੱਚਮੁੱਚ ਹੀ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਸੋ ਇਹ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਘਟਨਾ ਜਿੱਥੇ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ ਦੀ ਵਿਚਾਰ ਹੋਈ ਸੀ। ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਜੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।